ਜ਼ਿਲ੍ਹੇ ਤੋਂ ਤਹਿਸੀਲ ਦਸੂਹਾ, ਦਸੂਹੇ ਤੋਂ 10 ਕਿਲੋਮੀਟਰ ਉੱਪਰਲੇ ਪਾਸੇ ਨੂੰ ਮੰਡ ਬਧੇਰ ਜਪਾਲ ਮਾਂ ਚੰਡੀ ਦਾਸ ਸੰਤ ਬਾਬਾ ਮਹਿੰਗਾ ਸਿੰਘ ਦੇ ਸੰਯੋਗ ਦੇ ਨਾਲ, ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਬੜੀ ਕਿਰਪਾ ਨਾਲ ਇਹ ਦੁਆਬੇ ਤੋਂ ਸੰਗ ਚੱਲਿਆ। ਇਹ 17 ਜਨਵਰੀ ਨੂੰ ਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਚੱਲਦੀਆਂ, 28 ਫਰਵਰੀ ਨੂੰ ਭੋਗ ਪੈਂਦੇ ਜਾਂਦੇ ਆ, ਉਹ ਤੋਂ ਬਾਅਦ ਕੀਰਤਨ ਦਰਬਾਰ ਹੁੰਦਾ, ਕੀਰਤਨ ਦਰਬਾਰ ਤੋਂ ਬਾਅਦ ਉਹ 2 ਤਰੀਕ ਨੂੰ ਸੰਗ ਚੱਲਦਾ। ਇਹਨਾਂ ਪਿੰਡਾਂ 'ਚੋਂ ਇਕੱਠੇ ਹੁੰਦੇ ਸਾਰੇ ਰਸਤਿਆਂ 'ਚ ਵਿੱਚੋਂ ਸਾਰੇ ਸੰਗਤਾਂ ਦੇ ਸੰਯੋਗ ਨਾਲ ਇੱਥੇ ਬਾਬਾ ਡੇਰਾ ਬਾਬਾ ਨਾਨਕ ਪਹੁੰਚਦਾ। ਜੋ ਸੰਗਤਾਂ ਦੀਆਂ ਸੇਵਾ ਹੁੰਦੀਆਂ ਉਹ ਡੇਰਾ ਬਾਬਾ ਨਾਨਕ ਸਰਾਵਾਂ 'ਚ ਸੰਤ ਬਾਬਾ ਸੇਵਾ ਸਿੰਘ ਦੀ ਅਗਵਾਈ ਥੱਲੇ ਉਹਨਾਂ ਨੂੰ ਸੇਵਾ ਅਰਪਣ ਕੀਤੀ। ਉਹ ਸਰਾਵਾਂ ਸਰੋਵਰ ਜੋ ਵੀ ਲੰਗਰ ਹਾਰ ਬਣਾਉਂਦੇ ਆ ਸੰਤ ਬਾਬਾ ਸੇਵਾ ਸਿੰਘ ਅਤੇ ਹੋਰ ਆਪਣੀਆਂ ਸੰਗਤਾਂ ਵਾਸਤੇ ਜਗ੍ਹਾ ਵੀ ਲਈ ਗਈ ਆ, ਉੱਥੇ ਵੀ ਕੋਈ ਕਾਰੋਬਾਰ ਹੋਊਗਾ, ਉੱਥੇ ਵੀ ਸੇਵਾ ਚੱਲਣੀ ਆ ਬਾਹਰ ਆ ਜੀ। ਇਹ ਸੰਗਤਾਂ ਦੇ ਸੰਯੋਗ ਨਾਲ ਬੜੀ ਕਿਰਪਾ ਹੈ ਸੰਗਤਾਂ ਦੀ, ਜੋ ਵੀ ਮਾਇਆ ਪਾਉਂਦੇ ਆ ਇਹ ਬਾਬੇ ਨਾਨਕ ਦੇ ਦਰ 'ਤੇ ਜਾਂਦੀ ਆ। ਮਹਾਰਾਜ ਕਿਰਪਾ ਕਰੇ, ਚੜ੍ਹਦੀ ਕਲਾ ਬਲੇ ਸੋ।